ਮਿੰਟ ਜੀ, ਅਗਲੀ ਖਬਰ ਦੇ ਵੱਲ ਵਧੀਏ ਆਪਾਂ ਤੇ ਗੱਲ ਕਰੀਏ ਮਜੀਠੀਆ ਦੇ ਬਿਆਨ ਦੀ। ਸਰਕਾਰ ਤੇ ਵੱਡਾ ਹਮਲਾ ਕੀਤਾ ਮਜੀਠੀਆ ਨੇ, ਮਾਈਨਿੰਗ ਨੂੰ ਲੈ ਕੇ ਸਵਾਲ ਚੁੱਕੇ ਨੇ ਨਹੀਂ ਦੇਖੋ, ਸਵਾਲ ਕੀ ਚੁੱਕੇ ਜਾਣੇ ਆ। ਥੋੜੀ ਦੇਰ ਪਹਿਲਾਂ ਜੀ। ਬਠਿੰਡੇ ਦਾ ਇੱਕ ਵਿਧਾਇਕ ਆ, ਬਠਿੰਡਾ ਰੂਰਲ ਦਾ, ਜਿੱਥੋਂ ਰੂਬੀ ਹੁੰਦੀ ਸੀਗੀ ਇਹਨਾਂ ਦੀ, ਉੱਥੇ ਹੁਣ ਇਹਨਾਂ ਦਾ ਇੱਕ ਅਕਾਲੀ ਲੀਡਰ ਸੀਗਾ ਕੱਢਿਆ ਵੱਢਿਆ, ਇਹਨਾਂ ਨੇ ਉਹਨੂੰ ਟਿਕਟ ਦੇ ਦਿੱਤੀ, ਬਣ ਗਿਆ MLA। ਤੇ ਬਠਿੰਡੇ 4 ਲੱਖ ਰੁਪਇਆ ਬਰਾਮਦ ਹੋ ਗਿਆ। ਉਹ ਕੋਈ PA, ਅੱਛਾ ਗੱਡੀ ਤਾਂ ਇਹਨਾਂ ਦੀ ਸੀ, ਇਕੱਠੇ ਹੀ ਸੀਗੇ। ਹੁਣ ਇੱਕ ਵਾਰੀ ਵਿਧਾਇਕ ਤਾਂ ਬਹਿ ਬਹਿ ਕੇ ਨਿਕਲ ਗਿਆ ਉੱਥੇ ਵਿਜੀਲੈਂਸ ਦੇ ਦਫ਼ਤਰ ਚੋਂ, ਉਹ ਤਾਂ ਦਿੱਤਾ ਨੇ ਕੱਢ। ਤੇ ਜਿਹੜਾ ਉਹ ਇੱਕ ਤਾਂ ਨਾਲ ਸੀਗਾ ਚਿਤਪੂੰਜੀਆ, ਉਹਨੂੰ ਫੜ ਲਿਆ, 4 ਲੱਖ ਰੁਪਏ ਉਹਦੀ ਗ੍ਰਿਫਤਾਰੀ ਹੋ ਚੁੱਕੀ ਹੈ। ਹਿਸਾਬ ਲਾ ਲਓ, ਝੋਲਾ ਨੋਟਾਂ ਦਾ ਬਰਾਮਦ ਹੋ ਗਿਆ ਹੈ। ਆ ਥੋੜਾ ਸਮਾਂ ਪਹਿਲਾਂ ਹੋਇਆ, ਮੈਨੂੰ ਲੱਗਦਾ ਅੱਧਾ ਪੌਣਾ ਘੰਟਾ ਹੋਇਆ ਹੋਣਾ, ਜੀ ਉੱਥੇ ਰੌਲਾ ਪੈਣ ਡਿਆ ਸੀਗਾ। ਮਤਲਬ ਕਿਸੇ ਸਰਪੰਚ ਨੇ ਕੋਈ ਗ੍ਰਾਂਟ ਗਰੂੰਟ ਲੈਣੀ ਸੀ, ਉਹਦਾ ਪੈਸਾ ਪੈਂਡਿੰਗ ਪਿਆ ਸੀਗਾ। ਬਠਿੰਡੇ ਜ਼ਿਲ੍ਹੇ ਦਾ ਸਰਪੰਚ ਹੈ, ਉਹ ਕਹਿੰਦਾ ਕਿ ਇਹਦੇ ਕੋਲ ਗਿਆ, ਕਹਿੰਦਾ ਕਢਾ ਦਿਆਂਗਾ ਪੈਸਾ, ਪਰ ਮੈਨੂੰ ਦਿਓ ਵਿੱਚੋਂ ਹਿੱਸਾ ਦਿਓ, ਤੇ ਥੋੜੇ ਜਿਹੇ ਰਿਲੀਜ਼ ਕਰਵਾ ਕੇ 6-7 ਲੱਖ। ਤੇ ਕਹਿੰਦਾ ਲੈ ਮੇਰੇ ਤਾਂ ਸੁੱਟੋ। ਗੱਲ ਚ ਬੂਠਾ ਦਿੱਤਾ ਤੇ ਉਹਨਾਂ ਨੇ ਫਿਰ ਅੱਕ ਕੇ ਵਿਜੀਲੈਂਸ ਨੂੰ ਫੜਾ ਦਿੱਤਾ। ਹੁਣ ਉਹ ਕਹਿੰਦੇ ਕਿ ਸਾਡੇ ਕੋਲ ਤੇ ਇਹਦੀਆਂ ਰਿਕਾਰਡਾਂ ਨੇ, ਆ ਰਿਕਾਰਡਿੰਗਾਂ ਨੇ MLA ਦੀਆਂ ਵੀ, ਤੇ ਇਹ ਹੁਣ ਵਿਜੀਲੈਂਸ ਵਾਲੇ ਟਾਲ ਮਟੋਲ ਹਾਲ ਦੀ ਘੜੀ ਕਰ ਰਹੇ ਆ, ਪਰ ਬਦਲਾਅ ਉੱਥੇ ਤਗੜਾ ਹੀ ਆ ਗਿਆ। ਤਾਂ ਬਈ ਸਵਾਲ ਤਾਂ ਫਿਰ ਉੱਠਣਗੇ ਨਾ, ਸਵਾਲ ਤੇ ਇਦਾਂ ਦੇ ਫਿਰ ਉੱਠਣਗੇ। ਹੁਣ ਸਵਾਲ ਜੇ ਕੋਈ PA ਇਸ ਤਰ੍ਹਾਂ ਦਾ ਗੰਦ ਮੰਦ ਕਰਦਾ ਫੜਿਆ ਗਿਆ ਤੇ ਕਿਉਂ ਨਹੀਂ ਉੱਠਣਗੇ ਸਵਾਲ? ਸਰਕਟ ਹਾਊਸ ਦੇ ਵਿੱਚ ਹੀ ਸਾਰਾ ਕੁਛ ਹੈ। ਤੇ ਇਸ ਤਰ੍ਹਾਂ ਬਈ ਹੁਣ ਇਹਨਾਂ ਦੀਆਂ ਗੱਲਾਂ ਕੁਛ ਇਸ ਤਰ੍ਹਾਂ ਦੀਆਂ ਨੇ ਕਿ ਸਵਾਲ ਤੇ ਉੱਠਦੇ ਹੀ ਉੱਠਦੇ ਆ। ਮਜੀਠੀਏ ਨੇ ਅੱਜ PC ਕੀਤੀ ਹੈ। ਮਜੀਠੀਆ ਵੇਖੋ ਇਹਨਾਂ ਚੀਜ਼ਾਂ ਦਾ ਬੜਾ ਮਾਹਰ ਆਦਮੀ, ਉਹਨੂੰ ਸਭ ਪਤਾ ਕਿੱਥੇ ਕੀ ਚੱਲਦਾ, ਚੰਨੀ ਬੰਨੀ ਹੰਨੀ ਉਰੇ ਸਾਰਾ ਕੁਛ ਉਹਨੇ ਕੱਢ ਕੇ ਦਿਖਾਇਆ ਸੀਗਾ ਨਾ ਕਿ ਕੀ ਚੱਲਦਾ ਸੀਗਾ ਬਈ। ਤੋ ਬਈ ਇਹਦੇ ਵਿੱਚ ਜੋ ਮਜੀਠੀਏ ਨੇ ਅੱਜ PC ਕਰਕੇ ਕਿਹਾ, ਉਹਨੇ ਕਿਹਾ ਕਿ ਇੱਕ ਤੇ ਇਹ ਜੇ ਕਿ ਜਿਹੜੀ ਬਾਹਰੋਂ ਰੇਤ ਆਉਂਦੀ ਆ, ਜੋ ਇਹ ਰਾਇਲਟੀ ਉਹਦੇ ਤੇ ਲਾਉਂਦੇ ਨੇ, ਰਾਇਲਟੀ ਜਿਹੜੀ ਹੈ ਉਹ ਲਈ ਤਾਂ 7 ਰੁਪਏ ਜਾ ਰਹੀ ਹੈ, ਪਰ ਰਸੀਦਾਂ ਘੱਟਦੀਆਂ ਕੱਟੀਆਂ ਜਾ ਰਹੀਆਂ। ਉਹ ਕਹਿੰਦੇ ਕਿ ਇਹ 400 ਕਰੋੜ ਦਾ ਘਪਲਾ ਹੈ ਇਹ ਤੋਂ ਇਲਾਵਾ, ਕਿਉਂਕਿ ਉਹ ਕਹਿੰਦੇ ਕਿ 2000 ਟਰੱਕ ਆਉਂਦਾ ਤੇ ਇਹ ਮੇਰੇ ਖਿਆਲ ਦੇ ਨਾਲ 5 ਰੁਪਏ ਕੱਟ ਰਹੇ ਨੇ ਤੇ ਲੈ 7 ਰੁਪਏ ਰਹੇ ਨੇ। ਫਿਰ ਇਹ ਤੋਂ ਬਾਅਦ ਇਹਨਾਂ ਨੇ ਰਕੇਸ਼ ਚੌਧਰੀ ਦਾ ਜ਼ਿਕਰ ਕੀਤਾ ਹੈ ਕਿ ਅਸਲ ਚ ਇਹ ਰਕੇਸ਼ ਚੌਧਰੀ ਉਹ ਬੰਦਾ ਹੈ ਜਿਹਦੇ ਤੇ 5 ਪਰਚੇ ਦਰਜ ਨੇ, ਮਤਲਬ ਮਾਈਨਿੰਗ ਖੇਤਰ ਦਾ ਖਿਡਾਰੀ ਸੀਗਾ, ਕਾਂਗਰਸੀ ਹੈ। ਤੇ ਕਹਿੰਦੇ ਆ ਕਿ ਇਸ ਬੰਦੇ ਦਾ ਕੰਟਰੈਕਟ ਇਹਨਾਂ ਨੇ ਫਿਰ ਰੀਨਿਊ ਕਰ ਦਿੱਤਾ। ਬਾਈ ਇਹਨਾਂ ਨੂੰ ਪੁੱਛੋ ਵੀ ਕੀ ਕਰ ਕੀ ਇਹਨੇ ਧੂੜਿਆ ਇਹਨਾਂ ਦੇ ਸਿਰ ਦੇ ਵਿੱਚ। ਇਸ ਤੋਂ ਇਲਾਵਾ ਫਿਰ ਅਸ਼ੋਕ ਚੰਡਕ, ਇਹ ਵੀ ਬਹੁਤ ਵੱਡਾ ਆਗੂ ਕਹਿ ਲਓ ਕਾਂਗਰਸ ਦਾ, ਜਿਹੜਾ ਕਿ ਅਕਸਰ ਰਾਹੁਲ ਗਾਂਧੀ ਜਾਂ ਉਹਨਾਂ ਦੇ ਨਾਲ ਤਸਵੀਰਾਂ ਚ ਨਜ਼ਰ ਆ ਜਾਏਗਾ ਕਥੇ ਤੌਰ ਤੇ, ਇਹਦਾ ਵੀ ਜ਼ਿਕਰ ਆ ਗਿਆ। ਤੇ ਇਹ ਸਾਰਾ ਕੁਛ ਜਿਹੜਾ ਉਹ ਮਜੀਠੀਏ ਨੇ ਅੱਜ ਬਿਆਨ ਦਿੱਤਾ ਕਿ ਵੇਖੋ ਗੱਲ ਇਹ ਆ ਕਿ ਜਿਹੜਾ ਇਹ ਠੇਕਾ ਚੌਧਰੀ ਦਾ ਰੱਦ ਹੋਇਆ ਸੀਗਾ, ਕਿਉਂਕਿ ਉਹ ਕਹਿੰਦੇ ਕਿ ਇਹ ਚੰਨੀ ਇਕਬਾਲ ਸਰਪੰਚ ਸਾਰੇ ਇੱਕੋ ਮਤਲਬ ਕਿ ਕਹਿ ਲਓ ਕਿ ਗੇਮ ਦੇ ਖਿਡਾਰੀ ਸੀਗੇ, ਇਹ ਜ਼ਿਕਰ ਆਇਆ। ਤੇ ਕਹਿੰਦੇ ਕਿ ਇਹਦਾ ਰਿਨਿਊ ਕੀਤਾ ਗਿਆ 1 ਦਸੰਬਰ ਨੂੰ ਰੱਦ ਕੀਤਾ ਗਿਆ ਸੀ, ਜੋ 31 ਜਨਵਰੀ ਨੂੰ ਫਿਰ ਤੋਂ ਨਵਿਆ ਦਿੱਤਾ ਗਿਆ। ਹਾਲਾਂਕਿ ਆਮ ਆਦਮੀ ਪਾਰਟੀ ਨੇ ਸਫਾਈ ਦਿੱਤੀ ਆ ਕਿ ਵੇਖੋ ਜੀ ਇਹ ਹਾਈ ਕੋਰਟ ਤੋਂ ਸਟੇਅ ਲੈ ਆਇਆ ਸੀਗਾ, ਇਹਨੇ ਜਿਹੜਾ ਉਹ ਜੁਰਮਾਨਾ ਭਰਨਾ ਸੀ ਉਹ ਜੁਰਮਾਨਾ ਭਰਿਆ, ਜੁਰਮਾਨਾ ਜਿਹੜਾ ਹੈ ਉਹ 6 ਕਰੋੜ ਭਰਿਆ, 6 ਕਰੋੜ ਰਹਿੰਦਾ ਸੀ, ਅਸੀਂ ਕੀ ਕਰੀਏ ਸਟੇਅ ਲੈ ਆਇਆ ਜਦ। ਪਰ ਵੱਡਾ ਸਵਾਲ ਤੇ ਇਹ ਹੈ ਨਾ ਕਿ ਤੁਸੀਂ ਉਹਨੂੰ ਕਿੱਡੀ ਆਸਾਨੀ ਦੇ ਨਾਲ ਰਿਨਿਊ ਕਰਕੇ ਦੇ ਦਿੱਤਾ ਜੇ, ਤਾਂ ਫਿਰ ਸਵਾਲ ਤੇ ਉੱਠਣਗੇ ਨਾ ਕਿ ਤੁਸੀਂ ਉਹਨੂੰ ਚੈਲੰਜ ਕਰਦੇ ਹਾਈ ਕੋਰਟ ਦੇ ਵਿੱਚ ਰੱਖਦੇ ਕਿ ਇਸ ਬੰਦੇ ਤੇ ਤਾਂ ਇੰਨੇ ਮੁਕੱਦਮੇ ਆ, ED ਖੁਦ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਇਨਵੋਲਵ ਹੋ ਚੁੱਕੀ ਹੈ, ਇਹ ਸਾਰਾ ਕੁਛ ਕਿਉਂ ਹੋ ਰਿਹਾ? ਹੁਣ ਇਹਨਾਂ ਦੇ ਕੋਲ ਵੀ ਕੋਈ ਠੋਸ ਰੂਪ ਦੇ ਵਿੱਚ ਜਵਾਬ ਨਹੀਂ ਹੈਗਾ, ਤੇ ਜਵਾਬ ਜਿਹੜਾ ਹੈ ਫਿਰ ਉਹਨਾਂ ਤੇ ਦੇਣਾ ਹੀ ਕੀ ਹੈ ਜਿਨ੍ਹਾਂ ਦੇ ਮਾਮਲੇ ਦੇ ਵਿੱਚ ਹੁਣ ਇਹ ਸਾਰੀਆਂ PC ਵਗੈਰਾ ਹੋ ਰਹੀਆਂ ਨੇ। ਖੈਰ ਨਾਲ ਇਹਨਾਂ ਨੇ ਇੱਕ ਗੱਲ ਹੋਰ ਕਹੀ ਆ ਕਿ ਜੋ ਪਿੱਟ ਹੈਟ ਤੇ ਰੇਤੇ ਦੀਆਂ ਦਰਾਂ ਫਿਕਸ ਕੀਤੀਆਂ ਗਈਆਂ ਉਹਦੇ ਵੱਲੋਂ ਵਾਰ ਵਾਰ ਫੈਸਲੇ ਬਦਲ ਤੇ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਵੱਲੋਂ ਜਿਹੜੀ ਪਿਛਲੀ ਸੀ ਉਹਦੇ ਵੱਲੋਂ 5.5 ਰੁਪਏ ਪ੍ਰਤੀ ਕਿਊਬਿਕ ਫੀਟ ਰੇਟ ਅਗਸਤ ਮਹੀਨੇ ਵਿੱਚ ਵਧਾ ਕੇ 9 ਰੁਪਏ ਕਰ ਦਿੱਤਾ ਜਾਂਦਾ ਹੈ।
ਹੁਣ ਪਿੱਛੇ ਜੇ ਦੁਬਾਰਾ ਫੇਰ 5.5 ਕਰ ਦਿੱਤਾ, ਮਤਲਬ ਕਿ ਜਿਹੜਾ 5 ਤੋਂ ਵਧਾ ਕੇ 5.5 ਤੋਂ ਵਧਾ ਕੇ 9 ਕੀਤਾ, ਉਹਦੀ ਕੀ ਜ਼ਰੂਰਤ ਸੀ? ਉਹ ਪੈਸਾ ਕਿੱਧਰ ਗਿਆ ਜੇ ਵਾਪਸ ਹੁਣ ਫੇਰ 5.5 ਕਰ ਦੇਣਾ ਸੀਗਾ? ਤਾਂ ਇਸ ਤਰ੍ਹਾਂ ਬਹੁਤ ਕਸੂਤੇ ਜੇ ਸਵਾਲ ਜਿਹੜੇ ਨੇ ਉਹ ਮਜੀਠੀਆ ਨੇ ਪੁੱਛ ਲਏ ਆ, ਪਰ ਹਾਲ ਦੀ ਕੜੀ ਕਹਿ ਲਓ ਕਿ ਕੋਈ ਤਾਰਕਿਕ ਜਵਾਬ ਨਹੀਂ ਆਇਆ। ਉਦਾਂ ਸਿੰਘ ਜੇ ਫਸਾਈ ਜਾਂਦੇ ਨੇ ਤੇ ਬਸ ਇਹੀ ਕਹੀ ਜਾਂਦੇ ਆ ਕਿ ਮਜੀਠੀਆ ਗੁਮਰਾਹ ਕਰ ਰਿਹਾ, ਲੋਕਾਂ ਨੂੰ ਗੁਮਰਾਹ ਕਰ ਰਿਹਾ, ਝੂਠ ਬੋਲ ਰਿਹਾ। ਪਰ ਜੋ ਮਜੀਠੀਏ ਨੇ ਪੀਸੀ ਕੀਤੀ ਆ, ਜੋ ਦੋਸ਼ ਲਾਏ ਆ, ਫਿਰ ਤੁਸੀਂ ਇਹ ਕਿਉਂ ਕਹਿੰਦੇ ਜੇ ਝੂਠ ਬੋਲਦਾ ਗੁਮਰਾਹ ਕਰ ਰਿਹਾ? ਜੇ ਵਾਕਿਆ ਝੂਠ ਬੋਲਦਾ ਗੁਮਰਾਹ ਕਰ ਰਿਹਾ ਤੇ ਠੋਕੋ ਡੈਫਾਮੇਸ਼ਨ ਦਾ ਕੇਸ, ਮਾਣਹਾਨੀ ਦਾ ਕੇਸ ਆਜੂਗਾ ਨਜ਼ਾਰਾ, ਕਿਉਂਕਿ ਤੁਹਾਡੇ ਸੁਪਰੀਮੋ ਦੀਆਂ ਇਹਨੇ ਤੇ ਮੰਗਾਈਆਂ ਨੇ ਮਾਫੀਆਂ, ਇਹਨੇ ਤੇ ਕਢਾਈਆਂ ਨੀਕਾ, ਤੇ ਤੁਸੀਂ ਚੁੱਪ ਕਰਕੇ ਇਹਦੇ ਤੇ ਠੋਕੋ ਕੇਸ ਤੇ ਇਹਨੂੰ ਫਿਰ ਬੁਲਾਓ ਕੋਰਟ ਦੇ ਵਿੱਚ। ਸ਼ਾਇਦ ਹੋ ਸਕਦਾ ਕਿ ਹਿਸਾਬ ਕਿਤਾਬ ਬਰਾਬਰ ਹੋ ਜਾਵੇ, ਸੱਟ ਬਰਾਬਰ ਹੋ ਜਾਏਗੀ ਨਾ, ਕਿਉਂਕਿ ਉਹਨਾਂ ਤੁਹਾਡੇ ਤੋਂ ਮਾਫੀਆਂ ਮੰਗਾਈਆਂ ਸੀ, ਹੁਣ ਤੁਸੀਂ ਇਹਨਾਂ ਤੋਂ ਮੰਗਾ ਲਓ ਜੇ ਝੂਠ ਬੋਲਦੇ ਤਾਂ ਭਾਈ।